ਬਹੁਤ ਹੀ ਸਤਿਕਾਰਯੋਗ ਕਰਮਚਾਰੀ ਸਾਥੀਓ, ਅੱਜ ਸਕੱਤਰੇ ਦੇ ਬਿਲਡਿੰਗ ਦੇ ਵਿਚ ਜੁਆਇੰਟ ਐਕਸ਼ਨ ਕਮੇਟੀ ਦੀ ਇਕ ਅਹਿਮ ਮੀਟਿੰਗ ਹੋਈ ਹੈ। ਕਾਫੀ ਲੰਬੇ ਸਮੇਂ ਤੋਂ ਪੰਜਾਬ ਸੇਵਾ ਸਕੱਤਰੇ ਦੇ ਵਿਚ ਕੋਈ ਵੀ ਰੈਲੀ ਮੁਜ਼ਾਹਰਾ ਨਹੀਂ ਸੀ ਕੀਤਾ ਜਾ ਰਿਹਾ, ਕਿਉਂਕਿ ਅਸੀਂ ਸਰਕਾਰ ਨੂੰ ਦੇਖ ਰਹੇ ਸੀ ਕਿ ਸਰਕਾਰ ਆਪਣੀ ਜਿਹੜੀ ਆ ਵਾਅਦੇ ਕੀਤੇ ਸੀ ਉਹ ਜਲਦੀ ਪੂਰੀ ਕਰੇ। ਬਹੁਤ ਸਾਰੇ ਮੁਲਾਜ਼ਮਾਂ ਦਾ ਇਹ ਮੰਨਣਾ ਸੀਗਾ ਕਿ ਸਰਕਾਰ ਨੂੰ ਸਮਾਂ ਦਿੱਤਾ ਜਾਵੇ। ਸੋ 2.5 ਸਾਲ ਬੀਤ ਜਾਣ ਉਪਰੰਤ ਬਹੁਤ ਲੰਬਾ ਸਮਾਂ ਦੇਤਾ, ਲੇਕਿਨ ਸਰਕਾਰ ਨੇ ਕੋਈ ਵੀ ਮੁਲਾਜ਼ਮਾਂ ਦੀ ਮੰਗ ਨਹੀਂ ਮੰਨੀ। ਈਵਨ ਕਿ ਸਕੱਤਰੇ ਦੀਆਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਨਾਲ ਸੰਬੰਧਿਤ ਮੰਗਾਂ ਉਹ ਵੀ ਫਾਈਲਾਂ ਬੜੇ ਲੰਬੇ ਸਮੇਂ ਤੋਂ ਹੁਣ ਲੰਬਿਤ ਪਈਆਂ ਸੀਗੀਆਂ। ਮੀਟਿੰਗਾਂ ਦੇ ਵਿਚ ਉੱਚ ਅਧਿਕਾਰੀਆਂ ਨੇ ਮੰਨਿਆ ਸੀਗਾ ਕਿ ਜੋ ਵੀ ਫੈਸਲੇ ਲਏ ਗਏ ਨੇ, ਜੋ ਮੰਗਾਂ ਮੰਨੀਆਂ ਗਈਆਂ ਨੇ, ਉਹ ਜਲਦੀ ਪੂਰਨ ਕਰ ਦਿੱਤੀਆਂ ਜਾਣਗੀਆਂ, ਪਰੰਤੂ ਅਜੇ ਉਹ ਫਾਈਲਾਂ ਬੜੀ ਲੰਬਿਤ ਜਿਹੜੀ ਆ ਅਵਸਥਾ ਦੇ ਵਿਚ ਲੰਬਿਤ ਅਵਸਥਾ ਦੇ ਵਿਚ ਚਲੇ ਗਈ ਆ, ਜਿਸ ਕਰਕੇ ਸਾਨੂੰ ਮਜਬੂਰ ਹੋ ਕੇ ਕੱਲ ਨੂੰ 7 ਫਲੋਰ ਤੇ 1 ਵਜੇ ਰੈਲੀ ਕੀਤੀ ਜਾ ਰਹੀ ਆ। ਔਰ ਸਾਰੇ ਸਮੂਹ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਚਾਹੇ ਉਹ ਮਿੰਨੀ ਸਕੱਤਰੇ ਦੇ ਆ, ਚਾਹੇ ਸਕੱਤਰੇ ਦੇ ਆ, ਚਾਹੇ ਐਸ ਐਸ ਬੋਰਡ ਦੇ, ਚਾਹੇ 17 ਸੈਕਟਰ ਦੇ, ਚਾਹੇ 33 ਜਾਂ 35 ਸੈਕਟਰ ਦੇ ਆ, ਉਹ ਵੱਧ ਤੋਂ ਵੱਧ ਹੂੰ ਹਮਾ ਕੇ ਕੱਲ ਰੈਲੀ ਦੇ ਵਿਚ ਪਹੁੰਚਣ। ਕਈ ਅਫਸਰ ਸਾਹਿਬਾਨ, ਸਾਰੇ ਨਹੀਂ, ਕੁਝ ਅਫਸਰ ਸਾਹਿਬਾਨ ਬਹੁਤ ਨਜਾਇਜ਼ ਕਰ ਰਹੇ ਨੇ, ਖਾਸ ਕਰਕੇ ਐਸ ਐਸ ਬੋਰਡ ਦੇ ਵਿਚ ਸਾਡੇ ਮੁਲਾਜ਼ਮ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ, ਉਹਨਾਂ ਦੇ ਉੱਤੇ ਵੀ ਜਿਹੜੀ ਆ ਇੱਕ ਬਹੁਤ ਪ੍ਰੈਸ਼ਰ ਪਾਇਆ ਜਾ ਰਿਹਾ, ਕੁਝ ਬੰਦੇ ਸਸਪੈਂਡ ਕੀਤੇ ਜਾ ਰਿਹਾ। ਅਸੀਂ ਉਸ ਅਫਸਰ ਵਿਰੁੱਧ ਵੀ ਜਿਹੜਾ ਲਾਮਬੰਦ ਹੋ ਕੇ ਵੱਡਾ ਐਕਸ਼ਨ ਕਰਾਂਗੇ, ਲੋੜ ਪਈ ਤਾਂ ਹੜਤਾਲ ਤੱਕ ਵੀ ਜਾਵਾਂਗੇ। ਇਹਦੇ ਨਾਲ ਨਾਲ ਮੈਂ ਸਾਂਝੇ ਮੁਲਾਜ਼ਮ ਮੰਚ, ਡਾਇਰੈਕਟੋਰੇਟਸ, PSMU, ਪਟਵਾਰ ਯੂਨੀਅਨ, ਪੰਚਾਇਤੀ ਯੂਨੀਅਨ ਤੇ ਹੋਰ ਰਿਟਾਇਰੀ ਯੂਨੀਅਨ ਜਿਹੜੀਆਂ ਵੀ ਸਾਂਝੇ ਮੁਲਾਜ਼ਮ ਮੰਚ ਨਾਲ ਪਹਿਲੇ ਰਹੀਆਂ ਨੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਮੀਟਿੰਗ ਬੁਲਾਉਣ, ਤਾਂ ਕਿ ਆਪਾਂ ਫਿਰ ਸਾਂਝਾ ਮੁਲਾਜ਼ਮ ਮੰਚ ਜਿਹੜਾ ਸੀਗਾ ਉਹਨੂੰ ਰਿਵਾਈਵ ਕਰੀਏ, ਤੇ ਜਿਹੜਾ ਆਪਾਂ ਇੱਕ ਲਾਮਿਸਾਲ ਰਿਕਾਰਡ ਤੋੜ ਭੀੜ ਤੇ ਲੋਕਾਂ ਦੇ ਇਕੱਠ ਪਟਿਆਲੇ ਵਿਖੇ ਕਾਂਗਰਸ ਦੇ ਵਿਰੁੱਧ ਕੀਤਾ ਸੀ, ਉਸ ਤੋਂ 5 ਗੁਣਾ ਵੱਡਾ ਇਕੱਠ ਕਰਨਾ ਪਏਗਾ, ਕਿਉਂਕਿ ਇਹ ਢੀਠ ਸਰਕਾਰ ਇਵੇਂ ਮੰਨਣ ਵਾਲੀ ਨਹੀਂ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਫਿਰ ਤੋਂ ਵੀ ਜੇ ਲੜਨਾ ਚਾਹੁੰਦੇ ਹੋ ਇਕੱਠੇ ਹੋਵੋ, ਤੇ ਇਹ ਲੜਾਈ ਇਕੱਲਿਆਂ ਇਕੱਲਿਆਂ ਨਹੀਂ, ਇਹ ਇਕੱਠੇ ਹੋ ਕੇ ਲੜਨੀ ਪੈਣੀ ਹੈ, ਤੇ ਪਹਿਲਾਂ ਨਾਲੋਂ 5 ਜਾਂ 10 ਗੁਣਾ ਵੱਧ ਤਾਕਤ ਨਾਲ ਲੜਨੀ ਪਊਗੀ। ਇਹ ਸਰਕਾਰ ਜਿਹੜੀ ਹੈ ਇਹ 9 ਸਿੱਖਿਆ ਦੀ ਸਰਕਾਰ ਆ, ਜੇ ਇਹਨਾਂ ਨੂੰ ਝੁਕਾਉਣਾ ਚਾਹੁੰਦੇ ਹੋ, ਜੇ ਇਹਨਾਂ ਤੋਂ ਕੁਛ ਲੈਣਾ ਚਾਹੁੰਦੇ ਹੋ, ਤਾਂ ਫਿਰ ਸੰਘਰਸ਼ ਬਹੁਤ ਤਿੱਖਾ ਚਾਹੀਦਾ। ਸੋ ਜਿਹਦੀ ਸ਼ੁਰੂਆਤ ਪੰਜਾਬ ਸੇਵਾ ਸਕੱਤਰੇ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਕੱਲ ਤੋਂ ਕਰ ਦੇਣੀ ਹੈ। ਸੋ ਬੇਨਤੀ ਆ, ਪ੍ਰਵਾਨ ਕਰਨੀ ਹੈ ਸਕੱਤਰੇ ਦੇ ਮੁਲਾਜ਼ਮਾਂ ਨੂੰ, ਖਾਸ ਕਰਕੇ ਫਿਰ ਬੇਨਤੀ ਆ ਕਿ ਇਹ ਵੇਲਾ ਜਿਹੜਾ ਨਾ ਇਹਨੂੰ ਨਾ ਗਵਾਇਓ, ਫਿਰ ਕਿਸੇ ਦੇ ਦੂਜਿਆਂ ਦੇ ਦੋਸ਼ ਲੈਣ ਦਾ ਕੋਈ ਫਾਇਦਾ ਨਹੀਂ ਹੋਣਾ ਕਿ ਆਹ ਐਂ ਨਹੀਂ ਕਰਦੇ, ਉਹ ਨਹੀਂ ਕਰਦੇ, ਕਿਸੇ ਨੇ ਕੁਛ ਨਹੀਂ ਕਰਨਾ। ਲੜਨਾ ਤੁਸੀਂ ਆ, ਆਪਣੇ ਲਈ ਲੜਨਾ, ਸਾਡੇ ਲਈ ਨਹੀਂ ਲੜਨਾ, ਤੇ ਆਓ ਆਪਾਂ ਆਪਣੇ ਲਈ ਇਕੱਠੇ ਹੋ ਕੇ ਕੱਲ ਨੂੰ ਵੱਡੇ ਤਾਦਾਦ ਦੇ ਵਿੱਚ FT Hall 7 ਫਲੋਰ ਤੇ 1 ਵਜੇ ਪਹੁੰਚੀਏ। ਇਹ ਨਾ ਹੋਵੇ ਕਿ ਮੇਰੀ ਆਹ ਫਾਇਲ ਰਹਿ ਗਈ ਆ, ਮੈਂ ਆਹ ਕਰਨਾ, ਮੈਂ ਅਜੇ ਰੋਟੀ ਖਾਣੀ ਆ। ਯਾਰ ਅਜੇ ਆਪਣੀ ਰੋਟੀ ਨਹੀਂ ਮੁੱਕਦੀ ਹੈਗੀ, ਇੱਕ ਦਿਨ ਰੋਟੀ ਨਾ ਖਾਓਗੇ ਤਾਂ ਕੀ ਹੋ ਜਾਏਗਾ? 12% DA ਕੈਲਕੂਲੇਟ ਕਰਕੇ ਦੇਖੋ ਆਪਣੀਆਂ ਮੰਗਾਂ, ਆਪਣੇ ਏਰੀਆ, ਆਪਣੀ ਪੁਰਾਣੀ ਪੈਨਸ਼ਨਾਂ ਦੇਖੋ ਕਿ ਅਜੇ ਵੀ ਤੁਹਾਨੂੰ ਰੋਟੀ ਜਿਹੜੀ ਆ 1 ਟਾਈਮ ਦੀ ਜ਼ਰੂਰੀ ਆ। ਸੋ ਜੇ ਰੋਟੀ ਖਾਣੀ ਆ 12:15 ਖਾ ਲਓ, ਦੇਖਣਾ ਚਾਹੁੰਦੇ ਹਾਂ ਕਿ ਤੁਸੀਂ ਟਾਈਮ ਲਈ ਕਿੰਨਾ ਇਕੱਠੇ ਆ ਸਕਦੇ ਹੋ। ਸੋ ਬੇਨਤੀ ਹੈ 1 ਵਜੇ ਜਿਹੜੇ ਆ ਇੱਥੇ ਪਹੁੰਚਣ ਦੀ ਖੇਚਲ ਕਰੋ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।